Hello guys, welcome to Lockdown Tech Study YouTube channel. I am Kiran. ਜਿਨ੍ਹਾਂ ਨੇ ਹੁਣ ਲਾਸਟ ਵੀਡੀਓ ਨਹੀਂ ਦੇਖੀ ਸੀ ਉਹ ਪਲੀਜ਼ ਉਹ ਵੀਡੀਓ ਜ਼ਰੂਰ ਦੇਖ ਲੈਣਾ ਤਾਂ ਕਿ ਜਿਹੜਾ ਤੁਹਾਨੂੰ ਮੈਮਰੀ ਮੈਨੇਜਮੈਂਟ ਬਾਰੇ ਥੋੜ੍ਹਾ ਜਿਹਾ ਕਲੀਅਰ ਹੋ ਜਾਵੇ, ਬੇਸਿਕ ਕਲੀਅਰ ਹੋਵੇਗਾ ਤਾਂ ਤੁਸੀਂ ਜਲਦੀ ਸਮਝ ਜਾਓਗੇ ਕਿ ਮੈਮਰੀ ਮੈਨੇਜਮੈਂਟ ਕੀ ਹੁੰਦੀ। ਮੈਮਰੀ ਮੈਨੇਜਮੈਂਟ ਇੱਕ ਵਾਰ ਦੱਸ ਦਿੰਦੀ ਹਾਂ ਕਿ ਮੈਮਰੀ ਮਤਲਬ ਕਿ ਕੰਪਿਊਟਰ ਦੇ ਵਿੱਚ ਮੈਮਰੀ ਨੂੰ ਮੈਨੇਜ ਕਰਨ ਦਾ ਜਿਹੜਾ ਕੰਮ ਹੁੰਦਾ ਉਹ ਮੈਮਰੀ ਮੈਨੇਜਮੈਂਟ ਦਾ ਹੁੰਦਾ। ਸੋ ਮੈਮਰੀ ਦੇ ਲਈ ਜੇ ਆਪਾਂ ਦੇਖੀਏ ਦੋ ਟਾਈਪਸ ਹੁੰਦੀਆਂ ਆ, ਪ੍ਰਾਇਮਰੀ ਮੈਮਰੀ ਐਂਡ ਸੈਕੰਡਰੀ ਮੈਮਰੀ। ਜਿਹੜੀ ਪ੍ਰਾਇਮਰੀ ਮੈਮਰੀ ਉਹਦੀਆਂ ਦੋ ਟਾਈਪਸ ਆ, ਕੈਸ਼ ਐਂਡ ਮੇਨ ਮੈਮਰੀ। ਹੁਣ ਜਿਹੜੀ ਮੇਨ ਮੈਮਰੀ ਆ ਉਹਦੀਆਂ ਅੱਗੇ ਦੋ ਟਾਈਪਸ ਆ, ਰੈਮ ਐਂਡ ਰੋਮ। ਹੁਣ ਜਿਹੜੀ ਇਹ ਪ੍ਰਾਇਮਰੀ, ਕੈਸ਼, ਮੇਨ, ਰੈਮ ਇਹ ਸਾਰੀਆਂ ਹੁੰਦੀਆਂ ਵੋਲਾਟਾਈਲ ਮੈਮਰੀਜ਼। ਇਸੇ ਲਈ ਮੈਂ ਆਹ ਜਿਹੜੀ ਡੋਟਡ ਲਾਈਨ ਲਗਾਈ ਹੋਈ ਆ ਇਹ ਇਸੇ ਲਈ ਲਗਾਈ ਕਿ ਰੋਮ ਜਿਹੜੀ ਆ ਉਹ ਨੋਨ ਵੋਲਾਟਾਈਲ ਆ, ਮਤਲਬ ਇਸ ਸਾਈਡ ਜਿਹੜੇ ਆ ਰੋਮ ਐਂਡ ਸੈਕੰਡਰੀ ਇਹ ਸਾਰੇ ਨੋਨ ਵੋਲਾਟਾਈਲ ਆ, ਔਰ ਜਿਹੜੇ ਇਧਰਲੀ ਸਾਈਡ ਆ ਸਾਰੇ ਪ੍ਰਾਇਮਰੀ, ਮੇਨ, ਕੈਸ਼ ਇਹ ਸਾਰੇ ਵੋਲਾਟਾਈਲਸ ਨੇ। ਸੋ ਇਹ ਨੇ ਸਾਰੇ ਨੋਨ ਵੋਲਾਟਾਈਲ ਸੈਕੰਡਰੀ ਦੇ ਵਿੱਚ ਜਿਹੜੇ ਆਉਂਦੇ ਨੇ, ਠੀਕ ਹੈ। ਅਤੇ ਇਹਦੇ ਵਿੱਚ ਜਿਹੜਾ ਆਪਾਂ ਰੈਮ ਦੀਆਂ ਦੋ ਟਾਈਪਸ ਨੇ, ਐਸ ਰੈਮ ਐਂਡ ਡੀ ਰੈਮ। ਅਤੇ ਰੋਮ ਦੀਆਂ ਅੱਗੇ ਫਰਦਰ ਟਾਈਪ ਆ ਪੀ ਰੋਮ, ਈ ਪੀ ਰੋਮ, ਡਬਲ ਈ ਪੀ ਰੋਮ, ਐਂਡ ਸੈਕੰਡਰੀ ਦੀਆਂ ਵੀ ਇਸੇ ਤਰ੍ਹਾਂ ਟਾਈਪਸ ਆ, ਮੈਗਨੈਟਿਕ ਟੇਪ, ਮੈਗਨੈਟਿਕ ਡਿਸਕ। ਮੈਗਨੈਟਿਕ ਡਿਸਕ ਦੀਆਂ ਅੱਗੇ ਟਾਈਪ ਆ ਐਸ ਡੀ ਡੀ ਡੀ, ਐਫ ਡੀ ਡੀ। ਆਪਟੀਕਲ ਡਿਸਕ ਦੀਆਂ ਟਾਈਪਸ ਆ ਸੀ ਡੀ, ਡੀ ਵੀ ਡੀ, ਬੀ ਆਰ ਡੀ, ਐਚ ਵੀ ਡੀ। ਇਹਨਾਂ ਨੂੰ ਅੱਜ ਆਪਾਂ ਵਨ ਬਾਏ ਵਨ ਪੜ੍ਹਾਂਗੇ ਡਿਟੇਲ ਦੇ ਵਿੱਚ ਇਹ ਕੀ ਹੁੰਦੀਆਂ ਨੇ, ਕਿੰਨਾ ਇਹਨਾਂ ਦਾ ਸਾਈਜ਼ ਹੁੰਦਾ ਅਤੇ ਕਿਸ ਤਰ੍ਹਾਂ ਇਹ ਯੂਜ਼ ਕਰਦੀਆਂ, ਯੂਜ਼ ਕਰੀਆਂ ਜਾਂਦੀਆਂ, ਅਤੇ ਇਹਨਾਂ ਦਾ ਕੀ ਵਰਕ ਹੁੰਦਾ ਆ। ਸੋ ਫਸਟ ਪੜ੍ਹਦੇ ਹਾਂ ਆਪਾਂ ਪ੍ਰਾਇਮਰੀ ਮੈਮਰੀ ਬਾਰੇ। ਹੁਣ ਜਿੱਦਾਂ ਤੁਹਾਨੂੰ ਦੱਸਿਆ ਕਿ ਇਸ ਇਹ ਕੀ ਹੁੰਦੀ ਆ, ਡਾਇਰੈਕਟਲੀ ਐਕਸੈਸ ਕਰਦੀ ਆ ਸੀ ਪੀ ਨੂੰ, ਅਤੇ ਵੋਲਾਟਾਈਲ ਮੈਮਰੀ ਹੁੰਦੀ ਹੈ ਅਤੇ ਸ਼ੋਰਟ ਟਾਈਮ ਦੇ ਲਈ ਯੂਜ਼ ਹੁੰਦੀ ਆ, ਅਤੇ ਟੈਂਪਰੇਰੀ ਮੈਮਰੀ ਹੁੰਦੀ ਆ। ਇਸੇ ਤਰ੍ਹਾਂ ਜਿਹੜੀ ਕੈਸ਼ ਮੈਮਰੀ ਵੀ ਆ ਉਹ ਵੀ ਇੱਕ ਫਾਸਟ ਮੈਮਰੀ ਆ ਅਤੇ ਸਮਾਲ ਅਮਾਊਂਟ ਆਫ ਟਾਈਮ ਆ, ਸੇਮ ਆ ਪ੍ਰਾਇਮਰੀ ਮੈਮਰੀ ਦੀ ਜਿਹੜੀ ਇਹ ਟਾਈਪ ਆ ਕੈਸ਼ ਮੈਮਰੀ, ਠੀਕ ਹੈ। ਸੋ ਇਹ ਸਮਾਲ ਅਮਾਊਂਟ ਆਫ ਟਾਈਮ ਜਿਹੜਾ ਇਹ ਲੈਂਦੀ ਹੈ, ਅਤੇ ਇਹਦੇ ਵਿੱਚ ਆਪਾਂ ਸੀ ਪੀ ਯੂ ਦੇ ਰਜਿਸਟਰ ਯੂਜ਼ ਕਰਦੇ ਹਾਂ ਫੋਰ ਸਟੋਰ ਕਰਨ ਦੇ ਲਈ। ਜਿੱਦਾਂ ਆਪਾਂ ਗੂਗਲ ਦੇ ਉੱਤੇ ਕੁਛ ਸਰਚ ਕੀਤਾ ਤਾਂ ਆਪਾਂ ਇੱਕ ਪੇਜ ਓਪਨ ਹੁੰਦਾ, ਹੁਣ ਉਹ ਜਿਹੜਾ ਪੇਜ ਆ ਕਿਤੇ ਨਾ ਕਿਤੇ ਉਸ ਪੇਜ ਨੂੰ ਸੇਵ ਹੋਣ ਦੇ ਲਈ ਜਗ੍ਹਾ ਚਾਹੀਦੀ ਹੁੰਦੀ ਆ, ਤਾਂ ਉਹ ਕਿੱਥੇ ਸੇਵ ਹੁੰਦਾ ਆ, ਕੈਸ਼ ਮੈਮਰੀ। ਮਤਲਬ ਟੈਂਪਰੇਰੀ ਉਹ ਜਦੋਂ ਆਪਾਂ ਓਪਨ ਕਰਦੇ ਹਾਂ ਤਾਂ ਉਹ ਕਿੱਥੇ ਸੇਵ ਹੁੰਦਾ, ਕੈਸ਼ ਮੈਮਰੀ ਦੇ ਵਿੱਚ ਸੇਵ ਹੁੰਦਾ ਆ। ਸੋ ਕੈਸ਼ ਮੈਮਰੀ ਉੱਥੇ ਯੂਜ਼ ਕੀਤੀ ਜਾਂਦੀ ਜਦੋਂ ਆਪਾਂ ਥੋੜ੍ਹੇ ਟਾਈਮ ਲਈ ਜਿਹੜਾ ਉਹ ਵਰਕ ਕਰ ਰਹੇ ਹੁੰਦੇ ਆ। ਸੋ ਜਿਹੜੀ ਪ੍ਰਾਇਮਰੀ ਮੈਮਰੀ ਹੁੰਦੀ ਉਹਦੀ ਨੈਕਸਟ ਟਾਈਪ ਹੁੰਦੀ ਆ ਮੇਨ ਮੈਮਰੀ। ਹੁਣ ਇਸਨੂੰ ਆਪਾਂ ਕੀ ਕਹਿੰਦੇ ਹਾਂ, ਸੈਂਟਰਲ ਸਟੋਰੇਜ ਕਹਿ ਦਿੰਦੇ ਹਾਂ ਯੂਨਿਟ, ਮਤਲਬ ਕੰਪਿਊਟਰ ਸਿਸਟਮ ਦਾ, ਕਿਉਂਕਿ ਇਹ ਜਿਹੜਾ ਹੈ ਬਹੁਤ ਲਾਰਜ ਮੈਮਰੀ ਹੁੰਦੀ ਹੈ ਅਤੇ ਫਾਸਟ ਵੀ ਹੁੰਦੀ ਆ। ਕੰਪਿਊਟਰ ਦੇ ਸਾਰੇ ਆਪਰੇਸ਼ਨ ਇਹਦੇ ਵਿੱਚ ਹੁੰਦੇ ਆ। ਇਹਦੀਆਂ ਦੋ ਟਾਈਪਸ ਹੁੰਦੀਆਂ, ਰੈਮ ਐਂਡ ਰੋਮ। ਫਸਟ ਆਪਾਂ ਪੜ੍ਹ ਲੈਂਦੇ ਹਾਂ ਰੈਮ, ਰੈਂਡਮ ਐਕਸੈਸ ਮੈਮਰੀ। ਇਹ ਕੀ ਆ, ਸ਼ੋਰਟ ਟਰਮ ਮੈਮਰੀ ਆ, ਜਿਹੜੀ ਥੋੜ੍ਹੀ ਟਾਈਮ ਲਈ ਮੈਮਰੀ ਹੁੰਦੀ। ਯੂਅਰ ਕੰਪਿਊਟਰ ਡਜ਼ ਨੋਟ ਵਰਕ ਵਿਦਆਊਟ ਇਟ, ਇਹਦੇ ਬਿਨਾਂ ਕੰਪਿਊਟਰ ਵਰਕ ਨਹੀਂ ਕਰ ਸਕਦਾ। ਇਹਦੀਆਂ ਦੋ ਟਾਈਪਸ ਹੁੰਦੀਆਂ ਨੇ। ਜਿਸ ਤਰ੍ਹਾਂ ਹੁਣ ਆਪਾਂ ਕੰਪਿਊਟਰ ਦੇ ਉੱਤੇ ਕੋਈ ਕੰਮ ਕਰ ਰਹੇ ਹਾਂ ਤਾਂ ਉਹ ਕੰਮ ਜੇ ਆਪਾਂ ਸੇਵ ਨਹੀਂ ਕੀਤਾ ਤਾਂ ਉਹ ਕੰਮ ਤਾਂ ਹੀ ਕਰ ਸਕਦੇ ਹਾਂ ਜੇ ਰੈਮ ਮੈਮਰੀ ਹੋਊਗੀ, ਕਿਉਂਕਿ ਰੈਮ ਮੈਮਰੀ ਉਸ ਕੰਮ ਨੂੰ ਸੇਵ ਕਰਕੇ ਰੱਖਦੀ ਹੈ ਜਿਹੜਾ ਆਪਾਂ ਸੇਵ ਨਹੀਂ ਕੀਤਾ ਹੁੰਦਾ। ਸੋ ਰੈਮ ਮੈਮਰੀ ਉਦੋਂ ਹੀ ਯੂਜ਼ ਹੁੰਦੀ ਜਦੋਂ ਆਪਾਂ ਡਾਕੂਮੈਂਟ ਸੇਵ ਨਹੀਂ ਕੀਤਾ ਹੁੰਦਾ, ਉੱਥੇ ਰੈਮ ਦੀ ਜ਼ਰੂਰਤ ਪੈਂਦੀ। ਸੋ ਕੰਪਿਊਟਰ ਦੇ ਵਿੱਚ ਆਪਾਂ ਰੈਮ ਤੋਂ ਬਿਨਾਂ ਕੰਮ ਨਹੀਂ ਕਰ ਸਕਦੇ। ਦੋ ਇਹਦੀਆਂ ਟਾਈਪਸ ਹੁੰਦੀਆਂ ਨੇ। ਫਸਟ ਹੈਗੀ ਐਸ ਰੈਮ, ਸਟੈਟਿਕ ਰੈਂਡਮ ਐਕਸੈਸ ਮੈਮਰੀ। ਇਹ ਕੀ ਕਰਦੀ ਆ, ਡੇਟਾ ਬਿਟਸ ਨੂੰ ਜਿਹੜਾ ਮੈਮਰੀ ਦੇ ਵਿੱਚ ਉਦੋਂ ਤੱਕ ਸਟੋਰ ਕਰਕੇ ਰੱਖਦੀ ਹੈ ਜਦੋਂ ਤੱਕ ਕਿ ਜਿਹੜੀ ਆਪਣੀ ਪਾਵਰ ਆ ਉਹ ਇਹਨੂੰ ਸਪਲਾਈ ਹੋ ਰਹੀ ਹੁੰਦੀ ਆ। ਅਤੇ ਇਹਦੀ ਪਿਕਚਰ ਤੁਸੀਂ ਦੇਖ ਸਕਦੇ ਆ, ਰੈਮ ਦੇ ਵਿੱਚ ਜਿਹੜੇ ਆ ਇਹਦੀ ਛੋਟੀ ਛੋਟੀਆਂ ਚਿਪਸ ਲੱਗੀਆਂ ਹੁੰਦੀਆਂ ਜਿਹੜੀ ਸਟੈਟਿਕ ਰੈਂਡਮ ਐਕਸੈਸ ਮੈਮਰੀ ਕਹਿੰਦੀ ਆ। ਇਸੇ ਤਰ੍ਹਾਂ ਜਿਹੜੀ ਡਾਇਨਮਿਕ ਰੈਂਡਮ ਐਕਸੈਸ ਮੈਮਰੀ ਆ ਇਹ ਬਿਟਸ ਨੂੰ ਜਿਹੜਾ ਆ ਸੈਲਸ ਦੀ ਫੋਰਮ ਦੇ ਵਿੱਚ ਜਿਹੜਾ ਆ ਸੇਵ ਕਰਦੀ, ਅਤੇ ਕੈਪਾਸੀਟਰ ਅਤੇ ਟ੍ਰਾਂਜਿਸਟਰਸ ਇਹਦੇ ਵਿੱਚ ਯੂਜ਼ ਕੀਤੇ ਜਾਂਦੇ। ਇਹਦੇ ਵਿੱਚ ਆਪਾਂ ਨੂੰ ਕੰਟੀਨਿਊਸਲੀ ਜਿਹੜੀ ਇਲੈਕਟ੍ਰੀਸਿਟੀ ਚਾਹੀਦੀ ਹੁੰਦੀ ਆ ਡੀ ਰੈਮ ਨੂੰ ਐਕਸੈਸ ਕਰਨ ਦੇ ਲਈ। ਅਤੇ ਆਹ ਇਹਦੀ ਪਿਕਚਰ ਦਿੱਤੀ ਹੋਈ ਜਿਹੜੀ ਰੈਮ ਦੇ ਉੱਤੇ ਇਹਦੀ ਡੀ ਰੈਮ ਲੱਗੀ ਹੋਈ ਹੁੰਦੀ। ਨੈਕਸਟ ਹੈਗੀ ਆਪਣੇ ਕੋਲ ਰੀਡ ਓਨਲੀ ਮੈਮਰੀ। ਹੁਣ ਇਹ ਵੀ ਇੱਕ ਨੋਨ ਵੋਲਾਟਾਈਲ ਮੈਮਰੀ ਹੁੰਦੀ ਆ। ਕਿ ਜਿਸ ਤਰ੍ਹਾਂ ਆਪਣੀ ਮੇਨ ਸੀਗੀ ਮੈਮਰੀ, ਉਹਦੀਆਂ ਦੋ ਟਾਈਪ ਸੀਗੀਆਂ, ਰੈਮ ਅਤੇ ਰੋਮ। ਆਪਾਂ ਡਾਇਗ੍ਰਾਮ 'ਚ ਦੇਖੀਆਂ ਜਿਹੜੀ ਰੈਮ ਸੀ ਉਹ ਵੋਲਾਟਾਈਲ ਸੀ, ਬਟ ਰੋਮ ਜਿਹੜੀ ਆ ਉਹ ਨੋਨ ਵੋਲਾਟਾਈਲ ਹੁੰਦੀ ਆ। ਸੋ ਇਹ ਕੀ ਆ, ਅਦਰ ਇਲੈਕਟ੍ਰੋਨਿਕ ਡਿਵਾਈਸਿਸ ਵਿੱਚ ਵੀ ਯੂਜ਼ ਕੀਤੀ ਜਾਂਦੀ, ਬਟ ਇਹਦਾ ਜਿਹੜਾ ਡੇਟਾ ਅਪਡੇਟ ਆਪਾਂ ਇਲੈਕਟ੍ਰੋਨਿਕਲੀ ਜਿਹੜਾ ਨਹੀਂ ਕਰ ਸਕਦੇ, ਮਤਲਬ ਮੋਡੀਫਾਈਡ ਨਹੀਂ ਕਰ ਸਕਦੇ। ਸੋ ਨੈਕਸਟ ਹੈ ਇਹਦੀਆਂ ਟਾਈਪਸ ਪੀ ਰੋਮ।
प्रोग्रामेबल रीड ओनली मैमरी, ये कि है डेटा जोड़ा है अपना परमानेंट हुंदा है, ये आप डेटा चेंज नहीं कर सकते, ये जी रोम आते कुछ प्रोग्राम्स जोड़े आ सैट किए हुए होंगे आ जिन्हों आप जोड़ा चेंज नहीं कर सकते, जिस तरह है उस तरह ही रेंगे ने। सो जी नैक्सट होंगी अपनी ई पी रोम, मतलब इरेजेबल प्रोग्रामेबल रीड ओनली मैमरी, ये ही अपन जो नाम तो ही पता लग रहा है मतलब कि इरेज कर सकते हैं डाटा, जो अपनी पावर जी स्विच ऑफ हो जाता कंप्यूटर उस तो बाद भी जोड़ा डेटा आपते होर स्टोर कर सकते हैं जनू जो आप मॉडिफाइड कर सकते हैं। तो ये आप यूवी रेज मतलब अल्ट्रा वायलट रेज जो यूज़ करते हैं डेटा इरेज करन दे ले। नेक्स्ट हैगी आ ईईपी रोम, ये इलैक्ट्रॉनिक इरेजेबल प्रोग्रामेबल रीड ओनली मैमरी, इलैक्ट्रॉनिक तो पता लग रहा मतलब ये इलैक्ट्रॉनिक जी यूज़ की जाती है डेटा इरेज करन दे ले। ये जेडे एग्जाम्पल से देखिए आप स्मार्ट कार्ड्स या रिमोट हो सकते हैं जेडे आप जो डेटा है उन्हें इरेज करन दे ले इलैक्ट्रॉनिक मैथड जो यूज़ करते हैं। नैक्सट हैगा अपनी को सेकेंडरी मैमरी, हुण जिस तरह अपनी प्राइमरी मैमरी सीगी कि डायरैक्टली एक्सैस बाय सीगी सीपीयू दे नाल, बट जिहड़ी सेकेंडरी मैमरी हुंदी आ उह इनडायरैक्ट जिहड़ी आ एक्सैस करदी आ, मतलब हुण मान लो आ अपनी पी प्राइमरी मैमरी आ, इह किहना एक्सैस करदी आ डायरैक्ट सीपीयू दे नाल, बट जिहड़ी अपनी सेकेंडरी मैमरी हुंदी आ उहनूं पहलां की करना पैंदा, सेकेंडरी मैमरी ते जदों आपां काम करना सेकेंडरी नूं पहलां जाणा पैंदा आ प्राइमरी मैमरी दे कोल, फर्स्ट सेकेंडरी प्राइमरी मैमरी को जाऊंगी उस तो बाद वो जिहड़ी आ सीपीयू दे विच प्रोसैस होने दे लई जाऊंगी। सो ये इनडायरैक्ट जिहड़ा हैगा एक्सैस करदी आ बाय सीपीयू, ते सॉलिड स्टेट दे जिहड़े आ ड्राइव्स हुंदियां आ। फर्स्ट आपां देख लैंदे आ मैगनैटिक टेप, मैगनैटिक टेप की है एक सिक्वेंशियल एक्सैस मैथड आ, सपोज 1 2 3 5 सोंग आ कुछ, ठीक है, आपां अगर फोर्थ सोंग जिहड़ा आ प्ले करना है, आपां फर्स्ट सोंग ते आ, फोर्थ सोंग प्ले करन दे लई फस्ट आपां सैकेंड सोंग सुनना पैना, फिर थर्ड, फिर आपां फोर्थ ते पहुँचांगे। सो ये हैगा सिक्वेंशियल मैथड, तो ये जिहड़ा आ मैगनैटिक टेप दे विच यूज़ हुंदा, आपां डायरैक्ट नहीं जा सकते हैगे। सो ये हुंदी आ मैगनैटिक टेप जिहड़ी आपां पुराने जमाने विच यूज़ करदे सी, रील जिदा कैसेट जिहड़ी हुंदी सीगी है ना, जिहदे विच रीबन जिहा हुंदा सीगा। नैक्सट हैगी अपनी को मैगनैटिक डिस्क, हुण ये भी एक स्टोरेज डिवाइस है जिहड़ी मैगनेटाइजेशन प्रोसैस यूज़ करती है राइट और रीराइट और एक्सैस करन दे लई डेटा, तो इहदियां कुछ टाइप्स आ हार्ड डिस्क ड्राइव, फ्लॉपी डिस्क ड्राइव एंड चिप डिस्क ड्राइव। देखो हार्ड डिस्क ड्राइव किस तरह की दिखती है स्क्रीन के उत्ते तुसीं देख सकते हो, नाल ही आपां देख लैंदे आ फ्लॉपी डिस्क ड्राइव, ये जिहड़ा आ पहला लास्ट ओल्ड सिस्टम दे विच जिहड़ा ये यूज़ किया जाता सिस्टम फ्लॉपी डिस्क ड्राइव। नैक्सट हैगी जिप डिस्क ड्राइव, ये भी एक लेटेस्ट ड्राइव आ जिहड़ी हुण यूज़ की जाती है। सो हार्ड डिस्क एंड जिप जिहड़ियां लेटेस्ट आ, फ्लॉपी जिहड़ी आ ओल्ड जिहड़ा ड्राइव आ जिहड़ी यूज़ की जाती है स्टोरिंग दे लई। नैक्सट हैगा अपने को ऑप्टिकल डिस्क, इहदे विच आपां लेज़र लाइट यूज़ करते हैं डेटा नूं राइट करन दे लई और रीड करन दे लई इलैक्ट्रॉनिक वेव्स, मतलब सी डी फस्ट कंपैक्ट डिस्क, सारे ने देखी होनी है सी डी, तो यदा साइज़ हुंदा आ 700 MB जो कि बहुत थोड़ा हुंदा आ हुण दे जमाने विच, ठीक है, बहुत थोड़ा आ। नैक्सट हैगा DVD डिजिटल वर्सटाइल डिस्क और डिजिटल वीडियो डिस्क, दो नाम आए दे। सो इहदा जिहड़ा साइज़ हुंदा उह 4.7 GB हुंदा, मतलब कि सी डी तो थोड़ा ज़्यादा हुंदा, मतलब जीबी दे विच आ गया। जिन्हां ने MB GB बारे नहीं पता वो लास्ट वीडियो जरूर देख लेना, मैमरी मैनेजमेंट की Class 1 Part 6 आ, जिन्हां कि थानू क्लीयर हो जाएगा। नैक्सट हैगी BRD ब्लू रे डिस्क, ये जी सिंगल लेयर 25 GB हुंदी है, डबल लेयर 50 GB, ट्रिपल दे 100 GB एंड क्वाड्रपल दे 128 GB हुंदी आ, ते ब्लू कलर की हुंदी आ। नैक्सट HVD होलोग्राफिक वर्चुअल डिस्क, साइज़ यदा हों 3.9 TB जो कि बहुत ज़्यादा हों, तो ये कि रेड एंड सॉरी इतने ग्रीन नहीं आ इतने ब्लू आ। सो ये कि लेज़र यूज़ करती है रेड एंड ब्लू लेज़र जी यूज़ करती है, जी BRD मतलब ब्लू रे डिस्क आ वो अपनी ब्लू कलर की जी लेज़र आ यूज़ करती है डेटा रीड एंड राइट करन दे लई। इस तरह जी HVD आ वो रेड एंड ब्लू यूज़ कर दिया। सो ए सी अज का अपना टॉपिक, मिलते हैं नैक्सट वीडियो दे विच। सो चैनल नू सबसक्राइब जरूर करना, नाल ही बैल बटन दे आइकन ते जरूर क्लिक करना ताकि आने वाली वीडियोज़ दे नोटिफिकेशन तुहानू जल्दी मिल सकन, ते पूरी वीडियो देखने दे लई तुहाडा बहुत बहुत धन्यवाद। थैंक यू सो मच, वीडियो नू लाइक एंड कमेंट करके जरूर दसना कि वीडियो किहो जी लगी। थैंक यू सो मच।